ਹਾਂਜੀ ਅੱਜ ਤੁਹਾਨੂੰ ਦਿਖਾਉਣੇ ਆਪਾਂ ਇੱਥੇ ਪੁਰਤਗਾਲ ਆਏ ਸੀ ਜੈਕਸਪੇਅਰ ਵਾਲੀ ਸ਼ਿਪ ਬਹੁਤ ਸਾਲ ਪੁਰਾਣੀ ਹੈਗੀ ਇਹ ਅੱਜ ਤੁਹਾਨੂੰ ਇਹਦੇ ਦਰਸ਼ਨ ਕਰਾਉਣੇ ਆ ਆਪਾਂ ਜੈਕਸਪੇਅਰ ਦੀ ਬੋਡੀ ਵਿੱਚ ਹੀ ਪਈ ਆ ਉਹਦੇ ਤੇ ਬਹੁਤ ਜ਼ਿਆਦਾ ਗੋਰੇ ਇੱਥੇ ਆਏ ਸੀ ਟੈਕ ਕੀਤਾ ਸੀਗੇ ਇਹਨਾਂ ਲੋਕਾਂ ਦੇ ਬਹੁਤ ਜ਼ਿਆਦਾ ਰਾਜ ਕਰਕੇ ਗਏ ਨੇ ਉਹ ਤੇ ਉਹ ਤੁਹਾਨੂੰ ਦਿਖਾਉਣੇ ਆਗੇ ਆਪਾਂ ਉਹ ਦੇਖੋ ਸਾਹਮਣੇ ਉਹ ਹਲੇ ਵੀ ਖੜੀ ਹੈਗੀ ਉਸੇ ਪੱਜ ਵੀ ਆ ਗਈ ਇੱਥੇ ਤੇ ਹਲੇ ਵੀ ਸਾਰਾ ਸਮਾਨ ਇਹਨਾਂ ਦਾ ਉਦਾਂ ਹੀ ਸਾਹਮਣਿਆ ਪਿਆ ਹੈਗਾ ਬਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਜੀ ਵੜਨ ਦੇ ਤੁਹਾਨੂੰ ਬਾਕੀ ਦੇਖਦੇ ਕੀ ਬਣਦਾ ਹਾਂ ਇਹ ਤੇ ਸਾਡੇ ਇੱਕ ਵੀਡੀਓ ਕੱਲੀ ਸਪੈਸ਼ਲ ਬਣੋ ਉਹ ਸ਼ਿਪ ਆ ਜਿਹੜੀ ਹਾਲੇ ਵੀ ਇੱਥੇ ਖੜੀ ਹੈਗੀ ਹੁਣ ਇਹਨਾਂ ਨੇ ਇਹਨੂੰ ਮਿਊਜ਼ੀਅਮ ਦੀ ਤੌਰ 'ਤੇ ਵਰਤਣ ਲੱਗ ਪਏ ਨੇ ਅਤੇ ਬਹੁਤ ਜ਼ਿਆਦਾ ਟੂਰਿਸਟ ਆਉਂਦੇ ਨੇ ਇੱਥੇ ਹਾਲੇ ਵੀ ਸਾਰਾ ਕੁਛ ਇਹ 'ਚ ਸਮਾਨ ਉੱਦਾਂ ਹੀ ਰੱਖਿਆ ਜਿੱਦਾਂ ਪੁਰਤਗਾਲ ਵਾਲੇ ਵਾਲੇ ਲੋਕ ਇਹਨੂੰ ਛੱਡ ਕੇ ਗਏ ਸੀਗੇ ਸੋ ਬਹੁਤ ਜ਼ਿਆਦਾ ਸੁੰਦਰ ਆ ਅੰਦਰੋਂ ਵੀ ਅਤੇ ਇਹਦਾ ਨਾਮ ਆ ਇਹ ਦੇਖੋ ਨਾਲ ਨਾਲ ਸਨਸੈਟ ਹੋ ਰਿਹਾ ਉੱਥੇ ਬਹੁਤ ਹੀ ਜ਼ਿਆਦਾ ਸੋਹਣੀ ਆ ਇੱਥੋਂ ਆਪਾਂ ਟਿਕਟ ਵਗੈਰਾ ਲੈ ਸਕਦੇ ਹਾਂ ਹੁਣ ਸ਼ਾਇਦ ਕਲੋਜ਼ ਆ ਕਿ ਆਪਾਂ ਨੂੰ ਜਾ ਨਹੀਂ ਦੇਣਾ ਅੰਦਰ ਸੋ ਫਿਰ ਕਦੇ ਕੱਲ੍ਹ ਨੂੰ ਆਵਾਂਗੇ ਕੋਈ ਗੱਲ ਨਹੀਂ ਹਲੇ ਇੱਥੇ ਹੀ ਆਪਾਂ ਦੋ ਚਾਰ ਦਿਨ ਕੱਲ੍ਹ ਨੂੰ ਆਉਣੇ ਹੈਗੇ ਆ ਮੇਰਾ ਵੀਰ ਖੜਾ ਹੈਗਾ ਸਾਜਨਾ ਅਤੇ ਆਵਾਂਗੇ ਕੱਲ੍ਹ ਨੂੰ ਫਿਰ ਘੁੰਮਣ ਫਿਰ ਦਿਖਾਵਾਂਗੇ ਤੁਹਾਨੂੰ ਇਹ ਇਹਦੇ ਵਿੱਚ ਵੜ ਕੇ ਧੰਨਵਾਦ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਰ ਵੀਡੀਓ ਆਉਣ ਲਈ ਬਹੁਤ ਜ਼ਿਆਦਾ ਵੀਡੀਓ ਆ ਰਹੀਆਂ ਨੇ ਥੈਂਕ ਯੂ ਇਹ ਵਾਲਾ ਸਿਪ ਵੀ ਇਹਨਾਂ ਨੇ ਸਾਹਮਣਿਆ ਪਿਆ ਇਹ ਲੜਾਈ ਵਾਲਾ ਜੀ ਇਹ ਵੀ ਗੋਰੇ ਆਏ ਸੀ ਉਹ ਲੜਨ ਇਹਨਾਂ ਨੇ ਕੁੱਟ ਕੇ ਭਜਾ ਤੇ ਉਹ ਤੇ ਆਹ ਰੱਖ ਲਿਆ ਇੱਥੇ ਬਹੁਤ ਵੱਡਾ ਹਾਂ ਦੇਖੋ ਜੰਗ ਵਾਲਾ ਜੀ ਪੂਰਾ ਸਿਪ ਵੱਡੀ ਬਹੁਤ ਸੋਹਣਾ ਯਾਰ ਇੱਕ ਵਾਰ ਆਓ ਸਾਰੇ ਘੁੰਮਣ ਫਿਰ ਆਹ ਦੇਖੋ ਬਾਬਾ ਰੋਡ ਕੱਟਣਾ ਇਹ ਵੀ ਇਹਨਾਂ ਨੇ ਟਰੱਕ ਖੋਦਾ ਸੀ ਜੰਗ 'ਚ ਬਹੁਤ ਜ਼ਿਆਦਾ ਤਾਕੜੀ ਦੇਖੋ ਰੋਨ ਪ੍ਰੋਫ ਕਿਸੇ ਵੇਲੇ ਇਹਨਾਂ ਦਾ ਦੌਰ ਸੀ ਉਹ ਦੇਖੋ ਉੱਪਰ ਉਹ ਲੱਗੀ ਵੀ ਤੋਪ ਲੱਗੀ ਹੋਈ ਅਤੇ ਕਾ ਇਹਨਾਂ ਦਾ ਜਹਾਜ਼ ਆ ਇਹ ਵੀ ਇਹਨਾਂ ਨੇ ਜੰਗ 'ਚ ਉਹ ਕਰਿਆ ਸੀ ਉਹ ਟ੍ਰੇਨ ਵੀ ਉੱਦਾਂ ਖੋਹੀ ਹੋਈ ਸੀ ਇਹਨਾਂ ਨੇ ਉਹ ਬਾ ਉੱਦਾਂ ਬਣਾ ਤੀ ਚੱਲ ਮਿਊਜ਼ੀਅਮ ਬਣਾ ਤਾ ਇਹਦੀ ਗੱਲਬਾਤ ਜ਼ਿਆਦਾ ਹੀ ਬਣੀ ਆ ਅਸਲੀ ਇਹ ਹੈਲੀਕਾਪਟਰ ਦੇਖੋ ਇਹਨਾਂ ਨੇ ਫੜਿਆ ਹੋਇਆ ਇਹਨਾਂ ਦਾ ਜਿੰਨੇ ਗੋਰੇ ਸੀ ਇਹਨਾਂ ਨੇ ਕੁੱਟ ਕੇ ਭਜਾਏ ਨੇ ਅਤੇ ਉਹਨਾਂ ਦਾ ਸਾਰਾ ਸਮਾਨ ਇੱਥੇ ਰੱਖ ਲਿਆ ਜੀ ਬਹੁਤ ਸੋਹਣਾ ਇਹ ਵੀ ਪਤਾ ਇਹੀ ਕਹਿੰਦੇ ਆ ਭਾਈ ਸਬਸਕ੍ਰਾਈਬ ਕਰੋ ਜ਼ਿਆਦਾ ਤੋਂ ਜ਼ਿਆਦਾ ਤਾਂ ਜੋ ਹੋਰ ਚੀਜ਼ਾਂ ਦੇਖਣ ਨੂੰ ਮਿਲਣ ਤੁਹਾਨੂੰ ਬਾਕੀ